ਹਾਂਜੀ ਸਾਥੀਓ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਆਪਾਂ ਗੱਲ ਕਰਨੀ ਅੱਜ ਸਭ ਤੋਂ ਪਹਿਲਾਂ ਪੀ ਐੱਸ ਟੈਟ ਦੀ, ਫਿਰ ਮਾਸਟਰ ਕੇਡਰ ਦੀ ਅਤੇ ਫਿਰ ਲੈਕਚਰਾਰ ਕੇਡਰ ਦੀ। ਜਿਹੜੀ ਪੀ ਐੱਸ ਟੈਟ ਯੂਨੀਅਨ ਪੰਜਾਬ ਵੱਲੋਂ 19 ਜੁਲਾਈ ਨੂੰ ਜਿਹੜਾ ਧਰਨਾ ਰੱਖਿਆ ਗਿਆ ਸੀ ਸੰਗਰੂਰ ਦਾ, ਸੰਗਰੂਰ ਧਰਨਾ ਰੱਖਿਆ ਉਹ ਲਿਖਿਆ ਗਿਆ ਹੈ। ਅਤੇ ਇਹਦੇ ਵਿੱਚ ਸਭ ਤੋਂ ਜਿਹੜੀ ਪੋਜ਼ਿਟਿਵ ਗੱਲ ਇਹ ਹੈ ਕਿ ਇਹਨਾਂ ਦੇ ਨਾਲ ਜਿਹੜੀਆਂ ਜਿੰਨੀਆਂ ਵੀ ਅਕੈਡਮੀਆਂ ਜਿਨ੍ਹਾਂ ਦੇ ਵਿੱਚ ਨਾਂ ਲਿਆ ਜਾਵੇ, ਅਤੇ ਟੈਟ ਬਜ਼ਰ ਅਕੈਡਮੀ, ਅਰੋੜਾ ਕਲਾਸਿਸ, ਇਹਨਾਂ ਦੇ ਚੈਨਲਾਂ 'ਤੇ ਆ ਕੇ ਵੀ ਉਹਨਾਂ ਨੇ ਜਿਹੜੇ ਆਪਣੇ ਪੀ ਐੱਸ ਟੈਟ ਦੇ ਹੈਗੇ ਆਗੂ ਨੇ, ਉਹਨਾਂ ਨੇ ਆ ਕੇ ਅਤੇ ਇੱਥੇ ਗੱਲਬਾਤ ਕੀਤੀ, ਅਤੇ ਇਹਨਾਂ ਅਕੈਡਮੀਆਂ ਨੇ ਵੀ ਬੜਾ ਸਾਥ ਦਿੱਤਾ ਉਹਨਾਂ ਦਾ। ਇੱਥੇ ਤੱਕ ਕਿ ਸਾਵਲ ਕਲਾਸਿਸ ਵਾਲੇ ਜਿਹੜੇ ਸਰ ਨੇ ਉਹ ਵੀ ਇਹਨਾਂ ਦੇ ਧਰਨੇ ਵਿੱਚ ਗਏ ਸੀ। ਅਤੇ ਪਲੱਸ ਇਹਨਾਂ ਦਾ ਜਿਹੜਾ ਕੇਡਰ ਹੈ ਕਾਫੀ ਮਜ਼ਬੂਤ ਆ। ਅਤੇ ਇਹਨਾਂ ਦੀਆਂ ਮੁੱਖ ਮੰਗਾਂ ਸੀ ਚਾਰ, ਜਿਹਦੇ ਵਿੱਚ ਇਹਨਾਂ ਨੇ ਸਭ ਤੋਂ ਪਹਿਲਾਂ ਕਿਹਾ ਸੀ ਕਿ ਜਲਦੀ ਤੋਂ ਜਲਦੀ ਜਿਹੜਾ ਸਾਡਾ ਨੋਟੀਫਿਕੇਸ਼ਨ ਜਿਹੜਾ ਉਹ ਸਾਨੂੰ ਦਿੱਤਾ ਜਾਵੇ। ਅਤੇ ਇਸ ਤੋਂ ਅਗਲੀ ਮੰਗ ਸੀ ਕਿ ਜਿਹੜਾ ਪੇਪਰ ਉਹ ਸਿਲੇਬਸ ਅਨੁਸਾਰ ਹੋਵੇ, ਜਿਵੇਂ ਜਿਹੜਾ ਦੂਜਾ ਪਿਛਲੀ ਵਾਰ ਆਪਣਾ ਪੇਪਰ ਜਿਹੜਾ ਹੋਇਆ ਉਹ ਇੱਕ ਸਿਲੇਬਸ ਤੋਂ ਕੁਛ ਬਾਹਰੀ ਵੀ ਹੋਇਆ, ਪਹਿਲਾ ਵੀ ਦੂਜਾ ਪੇਪਰ ਵੀ। ਅਤੇ ਦੂਜਾ ਇਹਨਾਂ ਦਾ ਹੈਗਾ ਸੀ ਕਈ ਥਾਂ 'ਤੇ ਪਹਿਲਾ ਪੇਪਰ ਜਿਹੜਾ ਉਹ ਵੀ, ਅਤੇ ਦੂਜਾ ਦੂਸਰਾ ਪੇਪਰ ਜਿਹੜਾ ਉਹ ਮਿਸਪ੍ਰਿੰਟ ਹੋਇਆ ਸੀ। ਇਸ ਕਰਕੇ ਇਹਨਾਂ ਨੇ ਕਿਹਾ ਕਿ ਇੱਕ ਤਾਂ ਸਾਡੀ ਪਹਿਲੀ ਮੰਗ ਹੈ ਕਿ ਸਾਡਾ ਨੋਟੀਫਿਕੇਸ਼ਨ ਜਿਹੜਾ ਜਲਦੀ ਜਾਰੀ ਕੀਤੀ ਜਾਵੇ, ਜਾਰੀ ਕੀਤਾ ਜਾਵੇ, ਅਤੇ ਦੂਜਾ ਸਿਲੇਬਸ ਜਿਹੜਾ ਸਾਡਾ ਉਹਦੇ ਅਨੁਸਾਰ ਪੇਪਰ ਹੋਵੇ। ਤੀਜੀ ਮੰਗ ਇਹਨਾਂ ਦੀ ਹੈਗੀ ਆ ਕਿ ਪੋਸਟਾਂ ਤੋਂ ਪਹਿਲਾਂ ਸਾਡਾ ਪੇਪਰ ਹੋਵੇ, ਜਿਹੜੀਆਂ ਮਾਸਟਰ ਗ੍ਰੇਡ ਦੀਆਂ ਪੋਸਟਾਂ ਆਉਣੀਆਂ ਉਹਨਾਂ ਤੋਂ ਪਹਿਲਾਂ ਸਾਡਾ ਪੇਪਰ ਹੋਵੇ। ਚੌਥੀ ਮੰਗ ਇਹ ਕਿ ਜਿਹੜਾ ਜਿਵੇਂ ਬਾਕੀ ਥਾਵਾਂ 'ਤੇ ਭਰਤੀ ਕੈਲੰਡਰ ਜਿਹੜੇ ਉਹ ਜਿਹੜੇ ਆ ਆਪਣੇ ਪੇਪਰਾਂ ਦੇ ਕੈਲੰਡਰ ਜਿਹੜੇ ਆ ਉਹ ਸਾਲਾਨਾ ਕੈਲੰਡਰ ਜਾਰੀ ਕੀਤੇ ਜਾਂਦੇ ਆ ਕਿ ਕਦੋਂ ਇਸ ਸਾਲ ਵਿੱਚ ਸਾਡਾ ਕਦੋਂ ਕਿਹੜੀ ਤਰੀਕ ਨੂੰ ਪੇਪਰ ਹੋਣਾ ਉਹ ਜਾਰੀ ਕੀਤਾ ਜਾਵੇ। ਅਤੇ ਇਹਨਾਂ ਦੇ ਪ੍ਰੈਸ਼ਰ ਨੂੰ ਦੇਖਦਿਆਂ ਸਰਕਾਰ ਨੇ ਇਹਨਾਂ ਨੂੰ ਜਿਹੜੀ ਆ ਉਹ ਮੀਟਿੰਗ ਦੇ ਦਿੱਤੀ, ਜਿੱਥੇ ਪਹਿਲਾਂ ਇਹਨਾਂ ਨਾਲ ਗੱਲ ਵੀ ਨਹੀਂ ਕਰਦੇ, ਕੋਈ ਇਹਨਾਂ ਬਾਰੇ ਕੁਛ ਕੋਈ ਗੱਲ ਕਰਕੇ ਖੁਸ਼ ਨਹੀਂ ਹੈਗਾ, ਇਹਨਾਂ ਨੂੰ ਸੀਰੀਅਸ ਲੈਂਦੇ ਨਹੀਂ ਸੀ ਇਸ ਮਸਲੇ ਨੂੰ। ਉੱਥੇ ਇਹ ਪ੍ਰੈਸ਼ਰ ਵੇਖ ਕੇ ਸਾਰਿਆਂ ਦਾ, ਅਤੇ ਇਹਨਾਂ ਨੇ 5 ਅਗਸਤ ਨੂੰ ਜਿਹੜੀ ਇਹਨਾਂ ਨੂੰ ਮੀਟਿੰਗ ਜਿਹੜੀ ਸਿੱਖਿਆ ਮੰਤਰੀ ਨਾਲ ਦਿੱਤੀ ਗਈ ਆ। ਅਤੇ ਪੀ ਐੱਸ ਟੈਟ ਯੂਨੀਅਨ ਵੱਲੋਂ ਇਹ ਵੀ ਰਿਪੋਰਟ ਆਈ ਹੈ ਕਿ ਇਹਨਾਂ ਦੀ ਜਿਹੜੀ ਰਿਪੋਰਟ ਸਰਕਾਰ ਨੂੰ ਬਣਾ ਕੇ ਹੁਣ ਭੇਜੀਗੀ ਕਾਫੀ ਪੋਜ਼ਿਟਿਵ ਆ, ਇਹਨਾਂ ਦਾ ਪ੍ਰੈਸ਼ਰ ਜਿਹੜਾ ਉਹ ਸਰਕਾਰ ਤੱਕ ਜਾਂਦਾ। ਅਤੇ ਇਸ ਤੋਂ ਪਹਿਲਾਂ ਕਿ ਇਹ ਸਿੱਖਿਆ ਮੰਤਰੀ ਨਾਲ 5 ਅਗਸਤ ਨੂੰ ਮੀਟਿੰਗ ਕਰਨ, ਇਹਨਾਂ ਨੇ ਵਿਭਾਗ ਨਾਲ ਵੀ ਮੀਟਿੰਗ ਕਰਨ ਦੀ ਆਪਣੀ ਜਿਹੜੀ ਮੰਗ ਰੱਖੀ ਹੈ ਕਿ ਸਾਡੀ ਪਹਿਲਾਂ ਵਿਭਾਗ 'ਚ ਮੀਟਿੰਗ ਹੋਵੇ, ਅਸੀਂ ਵੇਖੀਏ ਕਿ ਕਿੰਨੀ ਕੁ ਉੱਥੇ ਤਿਆਰੀ ਹੋ ਰਹੀ ਆ, ਜਿਹੜੀ ਕੋਈ ਹਲਚਲ ਚੱਲ ਰਹੀ ਹੈ ਪੀ ਐੱਸ ਟੈਟ ਨੂੰ ਲੈਣ ਵਾਸਤੇ ਜਾਂ ਨਹੀਂ ਚੱਲ ਰਹੀ। ਸੋ ਸਾਥੀਓ, ਇਹ ਸੀ ਪੀ ਐੱਸ ਟੈਟ ਬਾਰੇ ਜਾਣਕਾਰੀ ਕਿ ਇੱਕ ਵਾਰੀ ਤਾਂ ਤੁਹਾਨੂੰ ਪੋਜ਼ਿਟਿਵ ਖਬਰ ਮਿਲ ਗਈ ਆ ਕਿ ਤੁਹਾਡੀ ਮੀਟਿੰਗ ਰੱਖੀ ਗਈ, ਅਤੇ ਉਹ ਮੀਟਿੰਗ ਦੀ ਡੇਟ ਵੀ ਅਜੇ ਕਾਫੀ ਲੇਟ ਆ, 5 ਅਗਸਤ ਦੀ ਡੇਟ ਆ। ਸੋ ਇਸ ਕਰਕੇ ਇੱਕ ਤਾਂ ਚੰਗੀ ਖਬਰ ਵੀ ਹੈ, ਜਿੱਥੇ ਜਿੱਥੇ ਤੁਸੀਂ ਤਿਆਰੀ ਵੀ ਕਰਨੀ ਉੱਥੇ ਆਪਣੀ ਯੂਨੀਅਨ ਦੇ ਨਾਲ, ਕਿਉਂਕਿ ਯੂਨੀਅਨ ਦੇ ਪ੍ਰੈਸ਼ਰ ਦੇ ਕਰਕੇ ਹੀ ਔਰ ਤੁਹਾਡਾ ਯੂਨੀਅਨ ਦੇ ਨਾਲ ਵੱਡੀ ਗਿਣਤੀ ਸਾਥ ਦੇ ਕਰਕੇ ਸਰਕਾਰ ਤੱਕ ਜਿਹੜੀਆਂ ਇਕੱਲੀ ਇਕੱਲੀ ਰਿਪੋਰਟ ਜਿਹੜੀ ਜਾਂਦੀ ਰਹਿੰਦੀ, ਤੁਸੀਂ ਗਰੁੱਪਾਂ 'ਚ ਕੀ ਕਹਿੰਦੇ ਹੋ, ਤੁਹਾਡੇ ਅਕੈਡਮੀਆਂ ਵਾਲੇ ਕੀ ਬੋਲਦੇ ਆ, ਉਹਨੂੰ ਕਿੰਨੇ ਲੋਕ ਸੁਣਦੇ ਆ, ਉਹਨੂੰ ਕਿੰਨੇ ਲੋਕ ਉਹਦੇ ਵਿੱਚ ਸਾਥ ਦੇਣ ਦੀ ਗੱਲ ਕਰਦੇ, ਸਾਰੀ ਜਿਹੜੀ ਇਕੱਲੀ ਇਕੱਲੀ ਰਿਪੋਰਟ ਆ ਉਹ ਸਰਕਾਰ ਦੇ ਕੋਲ ਜਾਂਦੀ ਰਹਿੰਦੀ ਹੈ। ਇਸ ਕਰਕੇ ਤੁਸੀਂ ਆਪਣੀ ਯੂਨਿਟੀ ਜਿਹੜੀ ਉਹ ਬਣਾ ਕੇ ਰੱਖੋ, ਫਿਰ ਤੁਹਾਡਾ ਪੇਪਰ ਜਿਹੜਾ ਜਲਦੀ ਹੋ ਸਕਦਾ ਅਤੇ ਤੁਹਾਡੀਆਂ ਮੰਗਾਂ ਮੰਨੀਆਂ ਜਾ ਸਕਦੀਆਂ। ਜੇ ਤੁਸੀਂ ਇਹ ਆਖੋ ਕਿ ਸਾਡੀ ਮੀਟਿੰਗ ਹੋ ਜਾਣੀ ਹੈ, ਤਾਂ ਮੀਟਿੰਗਾਂ ਸਰਕਾਰ ਨੇ ਅੱਗੇ ਵੀ ਬੜੀ ਵਾਰੀ ਬੜੀਆਂ ਯੂਨੀਅਨਾਂ ਨਾਲ ਕੀਤੀਆਂ। ਸੋ ਇਸ ਕਰਕੇ ਆਪਣਾ ਸਾਥ ਵੱਧ ਤੋਂ ਵੱਧ ਬਣਾ ਕੇ ਰੱਖੋ ਇੱਕ ਦੂਜੇ ਨਾਲ, ਆਪਣੀਆਂ ਵੀਡੀਓ ਜਿਹੜੀਆਂ ਇੱਕ ਦੂਜੇ ਨੂੰ ਸ਼ੇਅਰ ਕਰੋ, ਅਤੇ ਜਿੱਥੇ ਵੀ ਕਿਤੇ ਵੀ ਗੱਲ ਚੱਲਦੀ ਹੈ ਗਰੁੱਪਾਂ ਵਿੱਚ, ਉੱਥੇ ਵੱਧ ਤੋਂ ਵੱਧ ਸਾਥੀ ਜਿਹੜੇ ਆ ਉੱਥੇ ਜਾਣ ਵਾਸਤੇ ਹਾਮੀ ਭਰਿਆ ਕਰੋ, ਨਾਲ ਖਾਇਆ ਕਰੋ। ਅਤੇ ਇੱਕ ਨੰਬਰ ਤੁਹਾਨੂੰ ਮੈਂ ਦੇ ਦਿੰਦਾ, ਜਿਹੜੇ ਸਾਥੀ ਅਜੇ ਤੱਕ ਵੀ ਇਹਨਾਂ ਗਰੁੱਪਾਂ ਦੇ ਨਾਲ ਨਹੀਂ ਜੁੜੇ ਜਾਂ ਜਿਨ੍ਹਾਂ ਨੂੰ ਅਜੇ ਤੱਕ ਵੀ ਆਪਣੇ ਯੂਨੀਅਨ ਬਾਰੇ ਨਹੀਂ ਪਤਾ, ਅਤੇ ਉਹ ਸੋਨੂ ਕੰਬੋਜ ਜਿਹੜੇ ਆ ਸੂਬਾ ਪ੍ਰਧਾਨ ਆ ਪੀ ਐੱਸ ਟੈਟ ਯੂਨੀਅਨ ਦੇ, ਉਹਨਾਂ ਦਾ ਨੰਬਰ ਹੈਗਾ 88 729 56 56 9।
8872956569। ਇੱਥੇ ਤੁਸੀਂ ਇੱਕ ਵਾਰੀ ਥੋੜ੍ਹਾ ਫਿਰ ਵੀ ਕਨਫਰਮ ਕਰ ਲਿਓ ਕਿ ਵੈਸੇ ਮੈਂ ਉਹਨਾਂ ਦਾ ਨੰਬਰ ਉਹਨਾਂ ਦੇ ਉੱਤੋਂ ਆਲਰੇਡੀ ਉਹਨਾਂ ਦਾ ਆਪਣਾ ਓਫੀਸ਼ੀਅਲ ਚੀਜ਼ਾਂ ਨੇ ਉਹਨਾਂ ਤੋਂ ਲਿਆ ਨੰਬਰ ਉਹਨਾਂ ਦਾ, ਪਰ ਫਿਰ ਵੀ ਇੱਕ ਵਾਰੀ ਤੁਸੀਂ ਜਿੰਨੇ ਵੀ ਨੰਬਰ ਮੈਂ ਅੱਗੇ ਦੱਸਣੇ ਆ ਸਾਰੀਆਂ ਯੂਨੀਅਨਾਂ ਦਾ ਇੱਕ ਵਾਰੀ ਥੋੜ੍ਹਾ ਜਿਹਾ ਆਪਣਾ ਡਿਟੇਲ ਚੈੱਕ ਕਰਕੇ ਫਿਰ ਗੱਲ ਕਰਨੀ ਤੁਸੀਂ, ਅਤੇ ਇਹਨਾਂ ਦਾ ਨਾਲ ਜੁੜ ਕੇ ਤੁਸੀਂ ਇਹਨਾਂ ਦੇ ਗਰੁੱਪਾਂ 'ਚ ਐਡ ਹੋ ਸਕਦੇ ਹੋ। ਤੁਹਾਨੂੰ ਜਿਹੜੀ ਹਰ ਇੱਕ ਜਾਣਕਾਰੀ ਆ ਉਹ ਇਹਨਾਂ ਤੋਂ ਅੱਗੇ ਕੀ ਕਰਨਾ ਤੁਸੀਂ ਉਹ ਸਾਰਾ ਕੁਛ ਇਹ ਤੋਂ ਪ੍ਰਾਪਤ ਹੁੰਦਾ ਰਹੇਗਾ। ਇਹ ਤਾਂ ਤੁਹਾਡੀ ਗੱਲ ਹੈ ਕਿ ਤੁਹਾਨੂੰ 5 ਅਗਸਤ ਨੂੰ ਜਿਹੜੀ ਮੀਟਿੰਗ ਮਿਲ ਗਈ ਆ ਪੀ ਐੱਸ ਟੈਟ ਯੂਨੀਅਨ ਵਾਲਿਆਂ ਨੂੰ। ਅਤੇ ਅਗਲੀ ਗੱਲ ਜਿਹੜੀ ਆਪਾਂ ਕਰਨੀ ਆ ਉਹ ਹੈਗੀ ਜੇ ਮਾਸਟਰ ਕੇਡਰ ਦੀ। ਵੇਖੋ ਮਾਸਟਰ ਕੇਡਰ ਵਾਲਿਆਂ ਨੇ ਜਿਹੜਾ ਸੀ 7 ਜੁਲਾਈ ਨੂੰ ਸੰਗਰੂਰ ਆਪਣਾ ਧਰਨਾ ਰੱਖਿਆ ਸੀ, ਅਤੇ ਉੱਥੇ ਧਰਨੇ ਦੇ ਵਿੱਚ ਕੋਈ ਗੱਲਬਾਤ ਨਹੀਂ ਸੁਣੀ ਜਾਣ ਦੀ, ਕਿਉਂਕਿ ਕੇਡਰ ਬਹੁਤ ਥੋੜ੍ਹਾ ਸੀ। ਸਾਰਿਆਂ ਨੂੰ ਇਹ ਹੁੰਦਾ ਕਿ ਸਾਨੂੰ ਘਰ ਬੈਠਿਆਂ ਜਿਹੜੀ ਉਹ ਸਰਕਾਰ ਥਾਲੀ 'ਚ ਪਾ ਕੇ ਅਤੇ ਨੌਕਰੀ ਦੇ ਦੇ, ਪਰ ਸਾਥੀ ਉਹ ਇੱਦਾਂ ਗੱਲ ਨਹੀਂ ਬਣਦੀ। ਜਿੱਥੇ ਤੁਸੀਂ ਸੋਚਦੇ ਹੋ ਕਿ ਸਾਨੂੰ ਸਰਕਾਰ ਨੇ ਆਪਣੇ ਆਪ ਪੋਸਟਾਂ ਕੱਢ ਦੇਣੀਆਂ, ਆਪਣੇ ਆਪ ਸਾਰਾ ਕੁਛ ਕਰ ਦੇਣਾ, ਉੱਥੇ ਤੁਹਾਨੂੰ ਦੱਸ ਦਈਏ ਕਿ ਸਰਕਾਰ ਨਹੀਂ ਕੋਈ ਵੀ ਚਾਹੁੰਦੀ ਕਿ ਇਹ ਸਰਕਾਰੀ ਸਕੂਲਾਂ 'ਚ ਅਧਿਆਪਕ ਭਰਤੀ ਕੀਤੀ ਜਾਣ। ਸਰਕਾਰਾਂ ਅਤੇ ਸਰਕਾਰੀ ਸਕੂਲਾਂ ਨੂੰ ਇਹ ਸ਼ੋਅ ਕਰਕੇ ਕਿ ਇੱਥੇ ਬੱਚੇ ਬਹੁਤ ਘੱਟ ਨੇ, ਅਤੇ ਇੱਥੇ ਆਪਾਂ ਜਿਹੜੇ ਸਕੂਲ ਨੇ ਕਈ ਹਜ਼ਾਰ ਸਕੂਲ, ਮੇਰੇ ਖਿਆਲ 3 ਜਾਂ 6 ਹਜ਼ਾਰ ਸਕੂਲ ਸਰਕਾਰੀ ਜਿਹੜੇ ਸਰਕਾਰ ਬੰਦ ਕਰਨਾ ਚਾਹੁੰਦੀ ਹੈ। ਇਹ ਤੁਹਾਡੀ ਹਿੰਮਤ ਹੈ ਕਿ ਤੁਸੀਂ ਆਪਣੇ ਸਰਕਾਰੀ ਸਕੂਲ ਕਿਵੇਂ ਬਚਾਉਣੇ, ਆਪਣੀਆਂ ਪੋਸਟਾਂ ਕਿਵੇਂ ਬਚਾਉਣੀਆਂ। ਗਰੀਬ ਬੱਚੇ ਜਿਹੜੇ ਨਹੀਂ ਬਹੁਤੇ ਆਪਣਾ ਵੀ ਉਹਨਾਂ ਦੇ ਕੋਲ ਸਾਧਨ ਹੈਗੇ ਕਮਾਈ ਦੇ, ਉਹ ਪੜ੍ਹਦੇ ਰਹਿਣ, ਉਹਨਾਂ ਵਾਸਤੇ ਤੁਸੀਂ ਕੀ ਕਰ ਸਕਦੇ ਹੋ, ਉਹਨਾਂ ਲੋਕਾਂ ਦਾ ਸਾਥ ਕਿਵੇਂ ਲੈ ਸਕਦੇ ਹੋ, ਇਹ ਸਾਰੀ ਜ਼ਿੰਮੇਵਾਰੀ ਤੁਹਾਡੀ ਆ। ਲੋਕਾਂ ਨੂੰ ਐਜੂਕੇਟ ਕਿਵੇਂ ਕਰ ਸਕਦੇ ਹੋ, ਜੇ ਆਪਾਂ ਕੱਲ੍ਹ ਨੂੰ ਟੀਚਰ ਬਣਨਾ ਅਤੇ ਆਪਾਂ ਨੂੰ ਸਮਾਜ 'ਚ ਵਿਚਰਨਾ ਪੈਣਾ, ਸਮਾਜ ਦੇ ਵਿੱਚ ਕੀ ਕੁਛ ਚੱਲਣ ਡਿਆ ਸਾਨੂੰ ਪਤਾ ਹੋਣਾ ਚਾਹੀਦਾ, ਅਤੇ ਬਹੁਤਾ ਨਹੀਂ ਤਾਂ ਘੱਟੋ ਘੱਟ ਆਪਣੇ ਆਪ ਬਾਰੇ ਸਾਨੂੰ ਪਤਾ ਹੋਵੇ ਕਿ ਤੁਸੀਂ ਬੀ ਐੱਡ ਕੀਤੀ ਆ, ਟੈਟ ਪਾਸ ਕੀਤੇ ਆ, ਇਸ ਤੋਂ ਬਾਅਦ ਮਾਸਟਰ ਕੀਤੀ ਆ, ਕਿਸੇ ਨੇ ਕੋਈ ਪੜ੍ਹਾਈ ਕੀਤੀ ਆ, ਅਤੇ ਅਸੀਂ ਸਾਡਾ ਬਣ ਕੇ ਡਿਆ ਅਗਲੇ ਬਣੇ, ਅਸੀਂ ਆਪਣੀਆਂ ਪੋਸਟਾਂ ਕਿਵੇਂ ਲੈਣੀਆਂ, ਸਾਨੂੰ ਇਹਨਾਂ ਦੇ ਪਤਾ ਹੋਵੇ ਕਿ ਸਾਡੀਆਂ ਯੂਨੀਅਨਾਂ ਕਿਹੜੀਆਂ ਨੇ, ਕੀ ਕਰਦੀਆਂ ਨੇ, ਸਾਨੂੰ ਪੋਸਟਾਂ ਕਿੱਦਾਂ ਮਿਲਦੀਆਂ ਨੇ। ਇਹ ਵੀ ਚੇਤਾ ਰੱਖੋ ਕਿ ਅੱਜ ਤੋਂ 10-15 ਸਾਲ ਹੋ ਚੁੱਕੇ ਆ, ਪੋਸਟਾਂ ਜਿਹੜੀਆਂ ਵੀ ਆਉਂਦੀਆਂ ਨੇ ਕਿਸੇ ਨੂੰ ਵੀ ਬਿਨਾਂ ਸੰਘਰਸ਼ ਤੋਂ ਪੋਸਟਾਂ ਕਦੀ ਵੀ ਨਹੀਂ ਆਈਆਂ। ਆਪਣੇ ਜਿੰਨੇ ਵੀ ਸਰਕਾਰੀ ਸਕੂਲ ਤੁਹਾਡੇ ਲਾਗੇ ਬੰਨੇ ਆ, ਜਾ ਕੇ ਪੁੱਛ ਕੇ ਵੇਖੋ ਜਿਹੜੇ ਉੱਥੇ ਟੀਚਰ ਲੱਗੇ ਅੱਜ ਤੋਂ 10 ਸਾਲ ਪਹਿਲਾਂ, ਕਿ ਤੁਹਾਨੂੰ ਆਪਣੇ ਆਪ ਸਰਕਾਰ ਨੇ ਪੋਸਟਾਂ ਦਿੱਤੀਆਂ, ਤੁਹਾਡੀਆਂ ਪੋਸਟਾਂ ਆਪਣੇ ਆਪ ਨੋਟੀਫਿਕੇਸ਼ਨ ਆ ਗਿਆ ਕਿ ਜਾਂ ਤੁਸੀਂ ਸੰਘਰਸ਼ ਕਰਕੇ ਲਈ ਆ। ਫਿਜੀਕਲ ਵਾਲਿਆਂ ਨੂੰ ਪੁੱਛ ਕੇ ਵੇਖ ਲਓ ਉਹਨਾਂ ਦਾ ਕੀ ਹਾਲ ਹੋਇਆ। ਸੋ ਇਸ ਕਰਕੇ ਵੱਧ ਤੋਂ ਵੱਧ ਜਿਹੜੇ ਆਪਣੇ ਸਾਡਾ ਆਪਣਾ ਕੇਡਰ ਆ ਮਾਸਟਰ ਕੇਡਰ ਦਾ, ਉਹ ਜ਼ਰੂਰ ਜੁੜੋ ਯੂਨੀਅਨਾਂ ਦੇ ਨਾਲ, ਅਤੇ ਵੱਡੀ ਗਿਣਤੀ ਸਾਥ ਦਿਓ। ਅਤੇ ਇਹਨਾਂ ਦੀ ਮੈਂ ਤੁਹਾਨੂੰ ਗੱਲ ਦੱਸਦਾ ਕਿ ਇਹਨਾਂ ਨੇ ਆਪਣਾ ਜਿਹੜਾ 7 ਜੁਲਾਈ ਦੀ ਆਪਾਂ ਗੱਲ ਕਰਦੇ ਧਰਨਾ ਰੱਖਿਆ ਹੈ ਮੁੱਖ ਮੰਤਰੀ ਦੀ, ਫਿਰ ਇਹਨਾਂ ਕੋਠੀ ਦਾ ਘਿਰਾਓ ਕਰ ਦਿਓ। ਉਦੋਂ ਕੋਸ਼ਿਸ਼ ਕੀਤੀ ਕਿ ਜੇ ਨਹੀਂ ਗੱਲ ਸੁਣੀ ਅਤੇ ਹੁਣ ਇੱਥੇ ਚੋਣਾਂ ਦਾ ਮਾਹੌਲ ਆ, ਅਤੇ ਆਪਾਂ ਮੁੱਖ ਮੰਤਰੀ ਦੀ ਕੋਠੀ ਦਾ ਘਿਰਾਓ ਕਰੀਏ, ਅਤੇ ਫਿਰ ਉੱਥੇ ਮੁੱਖ ਮੰਤਰੀ ਭਗਵੰਤ ਮਾਨ ਨੇ ਖੁਦ ਆ ਕੇ, ਕਿਉਂਕਿ ਵੇਖ ਲਿਆ ਕਿ ਮੀਡੀਆ ਵਿੱਚ ਗੱਲ ਬਹੁਤ ਜਾ ਰਹੀ ਹੈ ਇਸ ਵੇਲੇ, ਅਤੇ ਫਿਰ ਉੱਥੇ ਜਾ ਕੇ ਅਤੇ ਉਹਨੇ ਆਪਣਾ ਮੰਗ ਪੱਤਰ ਜਿਹੜਾ ਇਹਨਾਂ ਦੇ ਕੋਲੋਂ ਯੂਨੀਅਨ ਦੇ ਕੋਲੋਂ ਲਿਆ ਵੀ, ਜਿੰਨੇ ਕੁ ਮੈਂਬਰ ਉੱਥੇ ਗਏ। ਅਤੇ ਪਰ ਉਦਣ ਤਾਂ ਮੁੱਖ ਮੰਤਰੀ ਸਾਹਿਬ ਨੇ ਕਿਹਾ ਸੀ ਵੀ ਤੁਹਾਡੀ ਪੈਨਲ ਮੀਟਿੰਗ ਜਿਹੜੀ ਤੁਹਾਡੇ ਡਿਪਾਰਟਮੈਂਟ ਦੇ ਨਾਲ ਜਾਂ ਜਿੰਨੇ ਵੀ ਤੁਹਾਡੇ ਨਾਲ ਸੰਬੰਧਿਤ ਅਧਿਕਾਰੀ ਉਹਨਾਂ ਸਾਰਿਆਂ ਨਾਲ ਕਰਾਈ ਜਾਵੇਗੀ, ਤੁਹਾਡੀਆਂ ਮੰਗਾਂ ਜਿਹੜੀਆਂ ਵਿਚਾਰੀਆਂ ਜਾਣਗੀਆਂ। ਖਾਸ ਕਰਕੇ ਇੱਕ ਚੇਤਾ ਰੱਖੋ ਜਿਨ੍ਹਾਂ ਦੇ BA, BSC ਜਾਂ BCOM ਜੋ ਵੀ ਕੁਛ ਕੀਤਾ ਗਿਆ, ਜਿਹਨੇ ਗ੍ਰੈਜੂਏਸ਼ਨ ਡਿਗਰੀ ਕੀਤੀ ਆ BEd ਤੋਂ ਪਹਿਲਾਂ ਕੋਈ ਵੀ ਜਿਹੜੀ ਕੀਤੀ ਆ, ਜਿਹਦੇ ਵੀ ਉਹਦੇ ਵਿੱਚ 55% ਤੋਂ ਨੰਬਰ ਘੱਟ ਨੇ, 50% ਨੇ, 51 ਨੇ, 52 ਨੇ, 53 ਨੇ ਜਾਂ 54 ਪੁਆਇੰਟ ਕੁਛ ਵੀ ਨੇ, ਉਹ ਵੀ 55 ਨਹੀਂ ਜਿਉਣੇ। ਕਈ ਵਾਰੀ ਹੁੰਦਾ ਨਾ ਆਪਾਂ ਨੂੰ ਕਿ ਅਰਾਊਂਡ ਫਿਗਰ ਕਰਕੇ ਅਤੇ ਉਹ ਆਪਣਾ 55% ਕਰ ਦੇਣਗੇ, ਇੱਦਾਂ ਵੀ ਨਹੀਂ ਜਿਉਣੇ। ਜਿਨ੍ਹਾਂ ਦੇ 55% ਤੋਂ ਨੰਬਰ ਘੱਟ ਨੇ ਉਹ ਤਾਂ ਆਪਣਾ
ਕੁਛ ਤਾਂ ਕਹਿੰਦੇ ਨੇ ਕਿ 25 to 30 thousand ਕਿੱਡਰ ਆਪਣਾ ਕੁਤੇ ਇੱਕ ਜਿਹੜਾ ਯਾਦੂ ਐਜੂਕੇਸ਼ਨ 'ਤੇ ਜਦੋਂ ਸਾਰਿਆਂ ਨਾਲ ਗੱਲ ਕੀਤੀ ਸੀ ਆਪਣਾ ਇੱਕ ਮੰਤਰੀ ਇਹਨਾਂ ਦਾ ਜਿਹੜਾ ਪ੍ਰਿੰਸੀਪਲ ਸਰ ਬੋਧ ਰਾਮ ਉਹਦੇ ਨਾਲ ਗੱਲ ਕੀਤੀ ਅਤੇ ਇਹਨਾਂ ਨੇ ਕਿਹਾ ਕਿ ਸਾਡਾ 40 to 45 thousand ਕਿੱਡਰ ਇੱਦਾਂ ਦਾ ਜਿਨ੍ਹਾਂ ਦਾ 55% ਨੰਬਰ ਘੱਟ ਨੇ ਅਤੇ ਸਾਥੀ ਉਹ ਬੰਦੇ ਗਏ ਕਿੱਥੇ ਧਰਨੇ 'ਤੇ ਉਡੀਦੇ ਨਹੀਂ ਅਤੇ ਤੁਹਾਡੀਆਂ ਜਿਹੜੀਆਂ ਡਿਗਰੀਆਂ ਨੇ ਉਹ ਸਿੱਧੀਆਂ ਰੱਦੀ ਨੇ ਤੁਸੀਂ ਜਿਵੇਂ ਮਰਜ਼ੀ ਟੈਟ ਪਾਸ ਕਰ ਲਿਓ ਜੇ 55% ਦੀ ਸ਼ਰਤ ਫਿਲਹਾਲ ਹੁਣ ਤੱਕ ਤਾਂ ਇਹੋ ਸੁਣ 'ਚ ਆ ਰਿਹਾ ਦੁਬਾਰਾ ਇੱਕ ਵਾਰੀ ਪਹਿਲਾਂ ਕਹਿੰਦੇ ਸੀ ਕਿ ਸ਼ਾਇਦ ਉਹ ਨਹੀਂ ਲੱਗੂ ਗੈਰਕੀ ਪਰ ਇਹ ਆ ਕਿ ਹੁਣ ਫਿਰ ਸੁਣ 'ਚ ਆ ਰਿਹਾ ਕਿ ਉਹ ਲੱਗ ਕੇ ਤੁਹਾਡੀ ਭਰਤੀ ਆਵੇਗੀ ਅਤੇ ਭਰਤੀ ਆਉਣੀ ਵੀ ਆਉਣੀ ਕਿ ਜੇ ਜਿੰਨੇ ਕੁ ਜਾਣੇ ਤੁਸੀਂ ਧਰਨੇ 'ਚ ਜਾਂਦੇ ਜੇ ਸੋ ਇਸ ਕਰਕੇ ਉਦਣ ਤਾਂ ਮੁੱਖ ਮੰਤਰੀ ਨੇ ਲਿਆ ਸੀ ਪੈਨਲ ਮੀਟਿੰਗ ਤੁਹਾਡੀ ਕਰਾਵਾਂਗੇ ਅਤੇ ਅਜੇ ਤੱਕ ਕੋਈ ਯੂਨੀਅਨ ਨੂੰ ਮੀਟਿੰਗ ਦਾ ਸੱਦਾ ਨਹੀਂ ਆਇਆ ਅਤੇ ਉਹ ਕਹਿੰਦੇ ਕਿ ਇੱਦਾਂ ਲੱਗਦਾ ਜਿਵੇਂ ਇੱਕ ਵਾਰ ਫਿਰ ਜਿਹੜੀ ਸਰਕਾਰ ਨੇ ਉਦੋਂ ਚੋਣਾਂ ਕਰਕੇ ਮਿੱਠੀਆਂ ਗੋਲੀਆਂ ਦਿੱਤੀਆਂ ਤੁਹਾਨੂੰ ਮੁੱਕਰ ਰਹੇ ਨੇ ਇਹਨਾਂ ਨੇ ਫਿਰ ਹੁਣ 28 July ਨੂੰ ਮੁੜ ਜਿਹੜਾ ਆਪਣਾ ਘਿਰਾਓ ਕਰਨ ਦਾ ਮੁੱਖ ਮੰਤਰੀ ਦੀ ਕੋਠੀ ਦਾ ਇਹਨਾਂ ਨੇ ਤਿਆਰੀ ਕੀਤੀ ਹੈ ਅਤੇ ਵੱਧ ਤੋਂ ਵੱਧ ਸਾਥੀ ਜਿਹੜੇ ਇਹਦੇ ਵਿੱਚ ਆਪਣਾ ਨਾਂ ਜ਼ਰੂਰ ਲਿਖਵਾਓ ਅਤੇ ਉਹਦੇ ਵਾਸਤੇ ਮੈਂ ਤੁਹਾਨੂੰ ਨੰਬਰ ਦੇ ਦਿੰਦਾ ਜਿਹੜੇ ਗਰੁੱਪ ਐਡਮਿਨ ਨੇ ਉਹ ਹੈਗੇ ਨੇ ਉਹਨਾਂ ਦਾ ਨੰਬਰ ਹੈਗਾ 98150 ਅਤੇ 99411 ਇਹ ਗਰੁੱਪ ਐਡਮਿਨ ਨੇ -55% ਗਰੁੱਪ ਜਿਹੜਾ ਉਹਦੇ ਉੱਥੇ ਤੁਹਾਨੂੰ ਇਕੱਲੀ ਇਕੱਲੀ ਜਾਣਕਾਰੀ ਜਿਹੜੀ ਸਾਰੀ ਮਿਲਦੀ ਰਹਿੰਦੀ ਹੈ ਇਸੇ ਗਰੁੱਪ 'ਚ ਨੇ ਆਪਣਾ ਬੇਰੁਜ਼ਗਾਰ ਸਾਂਝਾ ਮੋਰਚਾ ਦੇ ਪ੍ਰਧਾਨ ਜਿਹੜੇ ਆ ਸੁਖਿੰਦਰ ਸਿੰਘ ਅਤੇ ਇਹਨਾਂ ਦਾ ਨੰਬਰ ਹੈਗਾ 98157 6872 ਇਹ ਹੈਗਾ ਸੁਖਵਿੰਦਰ ਸਿੰਘ ਸਾਂਝੇ ਮੋਰਚੇ ਵਾਲੇ ਜਿਹੜੇ ਉਹਨਾਂ ਦਾ ਨੰਬਰ ਅਤੇ ਇਸ ਤੋਂ ਇਲਾਵਾ ਗੁਰਪ੍ਰੀਤ ਸਿੰਘ ਪੱਕਾ BEd ਟੈਟ ਪਾਸ ਦੇ ਯੂਨੀਅਨ ਦੇ ਜਿਹੜੇ ਸੂਬਾ ਪ੍ਰਧਾਨ ਆ ਇਹਨਾਂ ਦਾ ਨੰਬਰ ਹੈਗਾ 94179 17025 ਇਹ ਨੰਬਰ ਹੈ ਬੀ ਆਪਣਾ BEd ਟੈਟ ਪਾਸ ਬੇਰੁਜ਼ਗਾਰ ਅਧਿਆਪਕ ਯੂਨੀਅਨ ਦੇ ਪ੍ਰਧਾਨ ਸੂਬਾ ਪ੍ਰਧਾਨ ਗੁਰਪ੍ਰੀਤ ਸਿੰਘ ਪੱਕਾ ਦਾ ਇਹਨਾਂ ਬੰਦਿਆਂ ਨਾਲ ਨੂੰ ਤੁਸੀਂ ਆਪਣਾ ਮੈਸੇਜ ਛੱਡ ਦਿਓ ਤੁਹਾਨੂੰ ਆਪਣੇ ਆਪ ਗਰੁੱਪ 'ਚ ਐਡ ਕਰ ਲੈਣਗੇ ਅਤੇ ਦੂਜੀ ਗੱਲ ਜਿੱਥੋਂ ਜਿੱਥੋਂ ਵੀ ਤੁਸੀਂ ਅਕੈਡਮੀਆਂ 'ਚ ਤਿਆਰੀ ਕਰ ਰਹੇ ਹੋ ਖਾਸ ਕਰਕੇ ਅਕੈਡਮੀ ਵਾਲਿਆਂ ਨੂੰ ਵੀ ਬੇਨਤੀ ਹੈ ਕਿ ਇਕੱਲਾ ਆਪਾਂ ਜਿਹੜਾ ਉਹ ਬੇਰੁਜ਼ਗਾਰਾਂ ਦੇ ਕੋਲੋਂ ਇਕੱਲੀਆਂ ਮੋਟੀਆਂ ਮੋਟੀਆਂ ਫੀਸਾਂ ਲੈ ਕੇ ਆਪਾਂ ਤਿਆਰੀਆਂ 'ਚ ਨਾ ਕਰਾਈਏ ਆਪਣੇ ਘਰ ਹੀ ਨਾ ਭਰੀਏ ਇਹਨਾਂ ਨਾਲ ਸਾਥ ਵੀ ਜੇ ਦਈਏ ਜਿਵੇਂ ਟੈਟ ਦੇ ਨਾਲ ਟੈਟ ਵਾਲਿਆਂ ਦੇ ਨਾਲ ਜਿਹੜਾ PS ਟੈਟ ਵਾਲਿਆਂ ਨਾਲ ਉਹਨਾਂ ਦੀਆਂ ਅਕੈਡਮੀਆਂ ਵਾਲਿਆਂ ਨੇ ਸਾਥ ਦਿੱਤਾ ਇੱਦਾਂ ਤੁਸੀਂ ਵੀ ਸਾਥ ਦਿਓ ਨਹੀਂ ਤਾਂ ਕਿਸੇ ਦਿਨ ਉਹ ਵੀ ਦਿਨ ਆ ਸਕਦਾ ਜਿੱਦਣ ਅੱਕ ਕੇ ਆਗੂਆਂ ਨੂੰ ਕਹਿਣਾ ਪਵੇ ਕਿ ਜਿਹੜੇ ਬੰਦੇ ਸਾਡਾ ਸਾਥ ਨਹੀਂ ਦਿੰਦੇ ਕੇਵਲ ਅਤੇ ਕੇਵਲ ਲੋਕ ਬੱਚਿਆਂ ਨੂੰ ਭਰਮਾ ਲੈਂਦੇ ਵੀ ਆ ਉਹ ਪੋਸਟਾਂ ਆ ਗਈਆਂ ਉੱਧਰੋਂ ਪੋਸਟਾਂ ਆ ਗਈਆਂ ਉਹਨਾਂ ਦਾ ਸਾਨੂੰ ਬਾਈਕਾਟ ਵੀ ਕਰਨਾ ਪੈ ਸਕਦਾ ਹਾਲੇ ਤੱਕ ਕਿਸੇ ਨੇ ਇੱਦਾਂ ਦੀ ਗੱਲ ਨਹੀਂ ਕੀਤੀ ਪਰ ਜਿੱਦਾਂ ਦੇ ਲੱਛਣ ਜਾਪ ਰਿਹਾ ਕਿ ਅਕੈਡਮੀਆਂ ਵਾਲੇ ਇੱਥੋਂ ਤੱਕ ਕਹਿ ਰਹੇ ਨੇ ਸਾਨੂੰ ਨਹੀਂ ਪਤਾ ਪੇਪਰ ਕਰਵਾਉਣ ਤੁਸੀਂ ਬਸ ਆਪਣੀ ਤਿਆਰੀ ਕਰੋ ਮੁੜ ਕੇ ਟਾਈਮ ਨਹੀਂ ਮਿਲਦਾ ਠੀਕ ਹੈ ਤਿਆਰੀ ਕਰਨੀ ਬੜੀ ਜ਼ਰੂਰੀ ਕਾਫੀ ਬੜਾ ਵੱਡਾ ਸਿਲੇਬਸ ਹੁੰਦਾ ਪਰ ਤਿਆਰੀ ਕਰਕੇ ਕਰੋਗੀ ਇੱਥੇ ਦੇ ਜਿਨ੍ਹਾਂ ਨੇ 3-3, 4-4 ਵਾਰੀ ਤਿਆਰੀਆਂ ਕਰ ਲਈਆਂ ਉਹ ਵਿਚਾਰੇ ਬੈਠੇ ਆ ਜੀ ਸੋ ਇਸ ਕਰਕੇ ਇਹਨਾਂ ਆਪਣੇ ਗਰੁੱਪਾਂ ਦੇ ਵਿੱਚ ਜ਼ਰੂਰ ਹੁਣ ਆ ਗਈ ਲਾਸਟ 'ਤੇ ਆਪਣੀ ਗੱਲ ਆ ਗਈ ਆ ਲੈਕਚਰਾਰ ਕੇਡਰ ਦੀ ਇਹਦੇ ਵਿੱਚ ਸਾਥੀਓ ਜਿਹੜੀਆਂ ਪਿਛਲੀ ਸਰਕਾਰ ਨੇ ਜਾਣ ਲੱਗੀਆਂ ਪੋਸਟਾਂ ਕੱਢੀਆਂ ਸੀ 343 ਪੋਸਟਾਂ ਜਿਹਦੇ ਵਿੱਚ ਕੋਈ ਇੱਕ ਸਬਜੈਕਟਾਂ ਦੀ ਭਰਤੀਆਂ ਦੀ ਗੱਲ ਜਿਹੜੀ ਕੀਤੀ ਗਈ ਸੀ ਕਿ ਲੈਕਚਰਾਰ ਦੀਆਂ ਇਹ ਭਰਤੀਆਂ ਪਰ ਉਹਨਾਂ ਸਾਥੀਆਂ ਦੇ ਜਿਹੜੇ ਲੱਗੇ ਪੈਸੇ ਕਈਆਂ ਜਿਹੜੇ ਜਨਰਲ ਕਾਸਟ ਵਾਲੇ ਉਹਨਾਂ ਦਾ 1000-1000 ਰੁਪਈਆ ਬਾਕੀਆਂ ਨੇ ਕੁਛ ਘੱਟ ਸੀ 600-700 ਇੱਦਾਂ ਕਰਕੇ ਹੈਗਾ ਸੀ ਉਹ ਪੈਸੇ ਵੀ ਜਾਂਦੇ ਰਹੇ ਉਹ ਸਾਥੀ ਕੁਝ ਓਵਰਏਜ ਵੀ ਹੋ ਗਏ ਪਰੰਤੂ ਵੇਖੋ ਮਾਸਟਰ ਕੇਡਰ ਦੀਆਂ ਮਲਟੀਪਰਪਸ ਹੈਲਥ ਵਰਕਰਾਂ ਦੀਆਂ ਅਤੇ ਲੈਕਚਰਾਰ ਕੇਡਰ ਦੀਆਂ ਇਹਨਾਂ ਦੇ ਵਿੱਚ ਇਹ ਵੀ ਮੰਗ ਰੱਖੀ ਗਈ ਹੈ
ਕਿ ਜਿਹੜੇ ਸਾਥੀ ਜਿਨ੍ਹਾਂ ਨੇ ਪਿਛਲੀ ਵਾਰੀ ਪੋਸਟਾਂ ਭਰੀਆਂ ਸੀ ਉਦੋਂ ਓਵਰੇਜ ਨਹੀਂ ਸੀ ਅਤੇ ਉਹ ਸਰਕਾਰ ਨੇ ਹੁਣ ਕਿਹਾ ਸੀ ਕਿ ਤੁਹਾਨੂੰ 343 ਪੋਸਟਾਂ ਰੱਦ ਕਰਕੇ ਤੁਹਾਨੂੰ ਵੱਡੀ ਗਿਣਤੀ ਦੁੱਗਣੀ ਤਿੱਗਣੀ ਗਿਣਤੀ ਜਿਹੜੀ ਆਪਾਂ ਛੇਤੀ ਇੱਕ ਦੋ ਮਹੀਨੇ ਦੇ ਵਿੱਚ ਉਦੋਂ ਕਿਹਾ ਸੀ ਅੱਜ ਤੋਂ ਹੋ ਗਏ ਨੇ ਮੇਰੇ ਖਿਆਲ ਨਾਲ 6-7-8-9 ਮਹੀਨੇ ਹੋ ਚੱਲੇ ਉਸ ਗੱਲ ਨੂੰ ਸ਼ਾਇਦ, ਅਤੇ ਉਦੋਂ ਕਿਹਾ ਸੀ ਤੁਹਾਨੂੰ 2 ਮਹੀਨੇ ਦੇ ਵਿੱਚ ਅਸੀਂ ਤੁਹਾਨੂੰ ਤਿੱਗਣੀ ਗਿਣਤੀ ਦੇ ਵਿੱਚ ਪੋਸਟਾਂ ਦੇ ਦਾਂਗੇ ਅਤੇ ਆਹ ਕੈਂਸਲ ਕਰ ਲਈ ਆਪਾਂ ਸਾਰੇ ਸਬਜੈਕਟਾਂ 'ਚ ਭਰਤੀ ਦੇਵਾਂਗੇ, ਪਰ ਉਹ ਅੱਜ ਤੱਕ ਉਹ 2 ਮਹੀਨੇ ਜਿਹੜੇ ਨਹੀਂ ਆਏ। ਕਿਉਂ ਨਹੀਂ ਆਏ ਇਹ ਆਪਾਂ ਸਾਰਿਆਂ ਨੂੰ ਪਤਾ ਕਿ ਕਾਹਦੇ ਵਾਸਤੇ ਨਹੀਂ ਆਏ ਆਪਾਂ, ਕਿਉਂਕਿ ਘਰਾਂ 'ਚੋਂ ਨਿਕਲਦੇ ਨਹੀਂ, ਕੋਈ ਵੀ ਨਹੀਂ ਜਾਂਦਾ, ਤੁਰਦਾ ਨਹੀਂ ਕੋਈ, ਸਾਰਿਆਂ ਨੂੰ ਇਹ ਹੁੰਦਾ ਕਿ ਬਸ ਘਰ ਬੈਠੀਆਂ ਪੋਸਟਾਂ ਮਿਲ ਜਾਣ। ਅਤੇ ਇਹਨਾਂ ਦੀ ਜਿਹੜੀ ਮੀਟਿੰਗ ਸੀ 7 ਜੁਲਾਈ ਨੂੰ ਕਰਵਾਈ ਗਈ ਸੀ, ਇਹਨਾਂ ਨੇ ਧਰਨਾ ਕਰਨ ਦੀ ਜਿਹੜੀ ਉਹ ਆਪਣੀ ਰਣਨੀਤੀ ਬਣਾਈ ਸੀ, ਪਰ ਇਹਨਾਂ ਦੀ ਮੀਟਿੰਗ ਜਿਹੜੀ 7 ਜੁਲਾਈ ਨੂੰ ਸਿੱਖਿਆ ਮੰਤਰੀ ਨਾਲ ਕਰਵਾਈ ਗਈ। ਮੈਂ ਤੁਹਾਨੂੰ ਮੀਟਿੰਗ ਦੀਆਂ ਤਕਰੀਬਨ ਸਾਰੀਆਂ ਫੋਟੋਆਂ ਜਿਹੜੀਆਂ ਉਹ ਸਾਰੀਆਂ ਵੀਡੀਓ ਦੇ ਅਖੀਰ ਵਿੱਚ ਤੁਹਾਨੂੰ ਨਾਲ ਜਿਹੜੀਆਂ ਉਹ ਪਾ ਦਾਂਗਾ, ਤੁਸੀਂ ਚੈੱਕ ਕਰ ਲਿਓ। ਇਹਨਾਂ ਦੀ ਮੀਟਿੰਗ ਜਿਹੜੀ ਸੀ 7 ਜੁਲਾਈ ਨੂੰ ਐਜੂਕੇਸ਼ਨ ਮਿਨਿਸਟਰ ਦੇ ਨਾਲ ਕਰਵਾਈ ਗਈ। ਇਹਦੇ ਵਿੱਚ ਉਹਨੇ ਕਿਹਾ ਸੀ ਕਿ ਠੀਕ ਹੈ ਤੁਹਾਡਾ ਜਿਹੜਾ ਮੁੱਦਾ SST ਕੰਬੀਨੇਸ਼ਨ ਦਾ ਮੁੱਦਾ ਜਿਹੜਾ ਆਪਣਾ ਵਿੱਚ ਉਹਨੂੰ ਸ਼ਾਮਿਲ ਕਰਕੇ ਅਤੇ ਤੁਹਾਨੂੰ ਬਸ ਬਹੁਤ ਜਲਦੀ ਇਸ਼ਤਿਹਾਰ ਦੇ ਦੇਣਾ ਆਪਾਂ। ਵੋਟਾਂ ਦੇ ਕਰਕੇ ਮਿੱਠੀ ਗੋਲੀ ਦਿੱਤੀ ਗਈ, ਪਰ ਹੁਣ ਤੱਕ ਕੋਈ ਵੀ ਵਾਰ ਵਿੱਚ ਉਹ ਗੱਲਬਾਤ ਨਹੀਂ ਹੋਈ। ਇਸ ਲਈ ਇਸ ਯੂਨੀਅਨ ਨੇ ਧਰਨਾ ਰੱਖਿਆ ਆਪਣਾ 26 ਜੁਲਾਈ 2024 ਨੂੰ 11 ਵਜੇ ਮੁੱਖ ਮੰਤਰੀ ਦੀ ਰਿਹਾਇਸ਼ ਦਾ ਘਿਰਾਓ ਕਰਨ ਦਾ ਜਿਹੜਾ ਇਹਨਾਂ ਨੇ ਐਲਾਨ ਕੀਤਾ ਹੈ। ਸੋ ਇਹਦੇ ਵਿੱਚ ਤੁਹਾਨੂੰ ਇਹ ਵੀ ਦੱਸ ਦਈਏ ਕਿ ਇੱਥੇ ਸਾਰੀਆਂ ਯੂਨੀਅਨਾਂ ਨੂੰ ਫੰਡਾਂ ਦੀ ਵੀ ਲੋੜ ਹੁੰਦੀ ਹੈ, ਕਿਉਂਕਿ ਤੁਹਾਡੇ ਪੋਸਟਰ ਜਿਹੜੇ ਤਿਆਰ ਕਰਨੇ ਆ ਜਾਂ ਜਿਹੜਾ ਆਉਣ ਜਾਣ ਦਾ ਸਾਧਨ ਹੈ ਜਾਂ ਕਿਸੇ ਪ੍ਰਕਾਰ ਦੀ ਉੱਥੇ ਕੋਈ ਮੁਸ਼ਕਲ ਹੁੰਦੀ ਹੈ, ਅਤੇ ਇਹ ਸਾਰੇ ਵਾਸਤੇ ਫੰਡ ਦੀ ਲੋੜ ਜ਼ਰੂਰ ਹੁੰਦੀ ਹੈ। ਅਤੇ ਦੂਜੀ ਗੱਲ 'ਚ ਨਾ ਇਕੱਲਾ ਫੰਡ ਹੀ ਚੱਲਦਾ ਅਤੇ ਨਾ ਇਕੱਲੇ ਯੂਨੀਅਨ ਆਗੂਆਂ ਦੇ ਸਿਰ 'ਤੇ ਕੋਈ ਭਰਤੀ ਆਉਂਦੀ ਜੀ, ਜਿੰਨਾ ਚਿਰ ਮਗਰ ਕੇਡਰ ਨਹੀਂ ਖਲੋਤਾ ਰੱਖਦਾ। ਤੁਹਾਨੂੰ ਪਤਾ ਹੈ ਜਿਹੜਾ ਸ਼ੁਭਕਰਨ ਵੀਰ ਸ਼ਹੀਦ ਹੋਇਆ ਸੀ ਕਿਸਾਨ ਮੋਰਚੇ 'ਚ, ਉਹਨੂੰ ਵੀ ਸਰਕਾਰ ਨੇ ਇੱਕ ਵਾਰੀ ਕਹਿਤਾ ਸੀ 1 ਕਰੋੜ ਰੁਪਇਆ ਦੇ ਦਿੰਦੇ ਇਹਦੀ ਭੈਣ ਨੂੰ ਨੌਕਰੀ ਦੇ ਦਾਂਗੇ, ਇੱਦਾਂ ਕਰ ਦਾਂਗੇ, ਅਤੇ ਬਾਅਦ ਵਿੱਚ ਉਹ ਬਿਲਕੁਲ ਮਸਲਾ ਜਿਹੜਾ ਠੰਡੇ ਬਸਤੇ 'ਚ ਪੈ ਗਿਆ ਸੀ। ਪਰ ਜਿਉਂ ਹੀ ਆਗੂਆਂ ਨੇ ਦੁਬਾਰਾ ਕਿਹਾ ਕਿ ਅਸੀਂ ਪੰਜਾਬ ਸਰਕਾਰ ਦੇ ਵਿਰੁੱਧ ਇੱਦਾਂ ਦਾ ਐਲਾਨ ਕਰਨ ਜਾ ਰਹੇ ਹਾਂ ਅਤੇ ਤਿੱਖਾ ਸੰਘਰਸ਼ ਕਰਾਂਗੇ ਜੇ ਉਹਨੂੰ ਨੌਕਰੀ ਨਹੀਂ ਮਿਲੀ, ਅਤੇ ਉਹ ਸੁਣਦਿਆਂ ਸਾਰੀ ਸਰਕਾਰ ਨੇ ਉਹਨਾਂ ਦੀ ਸਿਸਟਰ ਨੂੰ ਜਿਹੜੀ ਉਹ ਜੋਬ ਦਾ ਜਿਹੜਾ ਲੈਟਰ ਹੈ ਉਹ ਦੇ ਦਿੱਤਾ, ਜੁਆਇਨਿੰਗ ਲੈਟਰ ਜਿਹੜਾ ਦੇ ਦਿੱਤਾ ਉਸੇ ਵੇਲੇ। ਕਾਹਦੇ ਕਰਕੇ ਪਤਾ ਕਿ ਇਹਨਾਂ ਨੇ ਐਲਾਨ ਕਰਤਾ ਅਤੇ ਮਗਰ ਇਹਨਾਂ ਦੇ ਟਰੈਕਟਰਾਂ ਟਰਾਲੀਆਂ 'ਤੇ ਬਹੁਤ ਜਾਣੇ ਨੇ ਆ ਜਾਣਾ, ਕੇਡਰ ਵੇਖ ਕੇ ਅਗਲੇ ਗੱਲ ਕਰਦੇ। ਸੋ ਇਸ ਕਰਕੇ ਆਪਾਂ ਵੀ ਜਿੰਨੇ ਵੀ ਸਾਥੀ ਹੈਗੇ ਹਾਂ ਬੇਰੁਜ਼ਗਾਰ ਸਾਥੀ, ਆਪਾਂ ਜਿੱਥੇ ਕਿਤੇ ਬੇਰੁਜ਼ਗਾਰ ਹਾਂ ਉੱਥੇ ਸਾਡੇ ਨਾਲ ਆਪਾਂ ਸਾਰਿਆਂ ਨੂੰ ਪਤਾ ਕਿਵੇਂ ਕਿਵੇਂ ਆਪਾਂ ਪੜ੍ਹਾਈਆਂ ਕੀਤੀਆਂ, ਕਿਵੇਂ ਕਿਵੇਂ ਡਿਗਰੀਆਂ ਕੀਤੀਆਂ, ਕਿੰਨਾ ਜ਼ੋਰ ਲਾ ਕੇ ਅਤੇ ਰਾਤ ਦਿਨ ਜਾਗ ਜਾਗ ਕੇ ਆਪਾਂ ਪੜ੍ਹਾਈਆਂ ਕਰਕੇ ਅਤੇ ਟੈਟ ਪਾਸ ਕਰਦੇ ਹਾਂ ਜਾਂ ਆਪਣੀ ਪੜ੍ਹਾਈ ਕਰਦੇ ਹਾਂ, ਡਿਗਰੀਆਂ ਕਰਦੇ ਹਾਂ, ਅਤੇ ਜਿੱਥੇ ਇੰਨਾ ਕੁਛ ਕਰ ਲਿਆ ਉੱਥੇ ਹੁਣ ਇੱਕ ਛੋਟਾ ਜਿਹਾ ਹੰਬਲਾ ਮਾਰ ਕੇ ਜੇ ਸਾਡਾ ਕੋਈ ਸਵਰ ਸਕਦਾ ਤਾਂ ਆਪਾਂ ਜ਼ਰੂਰ ਸਵਾਰੀਏ। ਅਤੇ ਇਹ ਜਿਹੜੀ ਲੈਕਚਰਾਰ ਕੇਡਰ ਦਾ ਗਰੁੱਪ ਹੈਗਾ ਇਹ ਹੈਗਾ ਜੀ ਗਗਨ ਮੈਡਮ ਮੇਰੇ ਐਡਮਿਨ ਨੇ, ਅਤੇ ਇਹਨਾਂ ਦਾ ਨੰਬਰ ਹੈਗਾ 9400 ਗਗਨ ਮੈਡਮ ਦਾ ਨੰਬਰ ਹੈ। ਅਤੇ ਕੋਸ਼ਿਸ਼ ਇਹ ਕਰਿਓ ਕਿ ਉਹੀ ਬੰਦੇ ਜਿਹੜੇ ਗਰੁੱਪ ਦੇ ਵਿੱਚ ਸ਼ਾਮਿਲ ਹੋਣ ਜਿਨ੍ਹਾਂ ਨੇ ਕੁਛ ਕਰਨਾ ਹੈ।